ਜੇ ਤੁਸੀਂ ਕਿਸੇ ਆਪਰੇਸ਼ਨ ਵਾਲੇ ਡਾਕਟਰ ਕੋਲ ਜਾ ਵੜੇ, ਉਹ ਰੁਪਈਆ ਤੁਹਾਡਾ 20,000 ਜਾਂ 25,000 ਰਹੂਗਾ ਬਵਾਸੀਰ ਦਾ। ਅਤੇ ਮੈਂ ਇਹ ਕਹਿਣਾ ਵੀ ਤੁਸੀਂ ਮੇਰੇ ਕੋਲ ਪਹੁੰਚੋ ਸਹੀ, ਤੁਹਾਡੇ ਗੁਆਂਢ 'ਚ ਨਹੀਂ ਹੁੰਦੀ ਬਵਾਸੀਰ। ਦੇਖੋ ਜੀ, ਪਰਹੇਜ਼ ਕਰਨਾ ਪਊ, ਪਰਹੇਜ਼ ਕਰਨਾ ਪਊ, ਇਹ ਬੰਦ ਕਰਨੇ ਪੈਣਗੇ ਜੀ, ਜੇ ਮੇਥੋਂ ਦਵਾਈ ਲੈਣੀ ਆ। ਅਤੇ ਨਹੀਂ ਫਿਰ ਜਦੋਂ ਬਵਾਸੀਰ ਹਟ ਗਈ ਦੁਬਾਰੇ ਫਿਰ ਉਹ ਵੀ ਫਿਰ ਆ ਜਾਓ। ਮੇਰੇ ਕੋਲ 3-3, 4-4 ਆਪਰੇਸ਼ਨ ਵਾਲੇ ਆਉਂਦੇ ਨੇ, ਦਰਦ ਹੁੰਦਾ, ਝੰਗਿਆੜਾ ਮਾਰਦੇ ਨੇ, ਅੰਦਰੋਂ ਪਿੱਠ ਮੱਚਦੀ ਆ। ਬਹੁਤ ਲੜਕੀਆਂ ਦੀ ਡਿਲੀਵਰੀਆਂ 'ਚ ਵੀ ਮੈਂ ਦਵਾਈਆਂ ਦਿੰਦਾ, ਉਹ ਕਹਿੰਦੇ ਵੀ ਇੱਦਾਂ ਤਾਂ ਕੁੜੀ ਨੂੰ ਕੋਈ ਹੋਰ ਬਿਮਾਰੀ ਲੱਗ ਜਾਵੇ, ਬਵਾਸੀਰ ਨਾ ਬਵਾਸੀਰ ਆ। ਲਾਉਣ ਵਾਸਤੇ ਦਵਾਈ ਦਿੰਦਾ, ਝੰਗਿਆੜਾ ਮਾਰਦੇ ਉਹਨਾਂ ਨੂੰ ਪਿੱਠ ਮੱਚਦੀ ਆ, ਉਹ ਮੱਚ ਗਏ ਹੋਏ, ਮਰ ਗਏ ਹੋਏ, ਮੈਂ ਮੱਲਮ ਤਿਆਰ ਕਰਦਾ ਜੀ। ਠੀਕ ਹੈ ਜੀ। ਲੈ ਵੀ ਵੀਰੋ, ਜਿਹੜੇ ਵੀ ਮੇਰੇ ਵੀਰ ਨੂੰ, ਭੈਣ ਨੂੰ, ਜਵਾਕਾਂ ਨੂੰ ਜਾਂ ਵੀ ਕਿਸੇ ਮੇਰੇ ਬਜ਼ੁਰਗ ਨੂੰ ਬਵਾਸੀਰ ਆ ਗਈ, ਤਾਂ ਆਪਾਂ ਅੱਜ ਆਏ ਹੋਏ ਹਾਂ ਬਾਈ ਜੀ ਵੈਦ ਕਲਾਧਾਰੀ, ਜ਼ਿਲ੍ਹਾ ਮਾਨਸਾ, ਬਾਜੇਵਾਲਾ। ਠੀਕ ਹੈ ਜੀ। ਅਤੇ ਵੈਦ ਜੀ ਕਹਿੰਦੇ ਵੀ ਮੇਰੇ ਕੋਲ 100% ਹੱਲ ਹੈਗਾ ਬਵਾਸੀਰ ਦਾ, ਕਿਵੇਂ ਹੱਲ ਆ ਸਾਰੀ ਗੱਲਬਾਤ ਕਰ ਦਿਆਂਗੇ ਆਪਾਂ ਵੈਦ ਕਲਾਧਾਰੀ ਸ਼ਰਮਾ ਜੀ ਦੇ ਨਾਲ। ਅਤੇ ਸਕਰੀਨ 'ਤੇ ਨੰਬਰ ਹੈਗਾ, ਜੇ ਕਿਸੇ ਵੀ ਮੇਰੇ ਵੀਰ ਨੂੰ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਕਾਲ ਕਰਕੇ ਇਹਦਾ ਇਲਾਜ ਪੁੱਛ ਸਕਦੇ ਹੋਗੇ ਬੈ ਜੀ। ਬੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਰਦਾਰ ਤਰਸੇਮ ਸਿੰਘ ਜੀ, ਇਲਤੀ ਲਾਣਾ, ਧੂਰੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਧੰਨਵਾਦ ਜੀ। ਦੇਖੋ ਜੀ, ਬਵਾਸੀਰ ਦਾ, ਬਵਾਸੀਰ ਆ, ਫੀਸਰ ਆ, ਪਤੰਗਰ ਆ, ਕਾਫੀ ਨਾਂ ਨੇ ਇਹਦੇ। ਠੀਕ ਆ। ਇਹ ਹੁੰਦੀ ਆ ਕਬਜ਼ੀ ਕਰਕੇ, ਕਬਜ਼ੀ ਕਰਕੇ, ਕਬਜ਼ੀ ਕਰਕੇ ਹੁੰਦੀ ਆ। ਉਦੋਂ ਬਾਅਦ ਕਬਜ਼ੀ ਤੋਂ ਬਾਅਦ ਤੇਜ਼ਾਬ ਬਣ ਜਾਂਦਾ, ਜਿਹਨੂੰ ਅਸੀਂ ਐਸਿਡ ਕਹਿੰਦੇ ਹਾਂ। ਸਾਡੀ ਲੈਟਰਿਨ ਵਾਲੀ ਜਗ੍ਹਾ ਪ੍ਰੈਸ਼ਰ ਪੈਂਦਾ ਜਦੋਂ ਕਬਜ਼ੀ ਹੋ ਜਾਂਦੀ ਆ, ਜਾਂ ਤਾਂ ਫਿਰ ਉਹ ਮੌਕੇ ਹੋ ਜਾਂਦੇ ਨੇ ਬਾਹਰ, ਉਹਨੂੰ ਅਸੀਂ ਬਾਦੀ, ਬਾਦੀ ਬਵਾਸੀਰ ਕਹਿੰਦੇ ਹਾਂ। ਅਤੇ ਇੱਕ ਹੁੰਦੀ ਆ ਖੂਨੀ ਬਵਾਸੀਰ, ਖੂਨੀ, ਹਾਂ, ਜਦੋਂ ਲੈਟਰਿਨ ਕੱਸ ਕੇ ਆਉਂਦੀ ਆ ਫਿਰ ਜ਼ਖਮ ਹੋ ਜਾਂਦੇ ਨੇ, ਜ਼ਖਮ ਹੋ ਜਾਂਦੇ ਨੇ, ਜਿਹੜੇ ਮੌਕੇ ਹੁੰਦੇ ਨੇ ਉਹ ਫਿੱਸ ਜਾਂਦੇ ਨੇ, ਫਿਰ ਖੂਨ ਪੈਣ ਲੱਗ ਜਾਂਦਾ, ਬਲੀਡਿੰਗ ਹੋਣ ਲੱਗ ਜਾਂਦੀ, ਬਲੀਡਿੰਗ ਹੋਣ ਲੱਗ ਜਾਂਦੀ। ਬਲੀਡਿੰਗ ਨੂੰ ਰੋਕਣ ਦਾ ਪਹਿਲਾਂ ਬਲੀਡਿੰਗ ਰੋਕੋ, ਪਹਿਲਾਂ ਬਲੀਡਿੰਗ, ਹਾਂਜੀ, ਬਲੀਡਿੰਗ ਰੋਕਣ ਵਾਸਤੇ ਇਹ ਸਾਡੇ ਕੋਲ ਜੀ, ਇਹ ਖੂਨੀ ਬਵਾਸੀਰ ਵਾਸਤੇ ਆਹ ਲਾਲ ਜੀ ਦਵਾਈ ਆ ਜੀ ਸਾਡੇ ਕੋਲ, ਆਹ ਲਾਲ ਦਵਾਈ ਆ ਜੀ, ਆਹ। ਠੀਕ ਆ। ਇਹ ਅਸੀਂ ਭਰ ਕੇ ਦਿੰਦੇ ਹਾਂ ਜੀ ਵੱਡੀ ਸੀਸੀ 'ਚੋਂ, ਡੱਬੇ ਨੇ ਵੱਡੇ ਵੱਡੇ ਸਾਡੇ ਕੋਲ। ਠੀਕ ਆ ਜੀ। ਇਹ ਦਵਾਈ ਦਾ ਕੀ ਕਰਨਾ ਜੀ, ਜਿਨ੍ਹਾਂ ਨੂੰ ਖੂਨ ਪੈਂਦਾ। ਠੀਕ ਆ ਜੀ। ਜੇ ਤੁਸੀਂ ਕਿਸੇ ਆਪਰੇਸ਼ਨ ਵਾਲੇ ਡਾਕਟਰ ਕੋਲ ਜਾ ਵੜੇ, ਉਹ ਰੁਪਈਆ ਤੁਹਾਡਾ 20,000 ਜਾਂ 25,000 ਰਹੂਗਾ ਬਵਾਸੀਰ ਦਾ, ਇਲਾਜ ਦਾ, ਆਪਰੇਸ਼ਨ ਕਰਨ ਦਾ। ਠੀਕ ਹੈ ਜੀ। ਮੂਲੀ ਜਾਂ ਮੌਕਾ ਹੁੰਦਾ ਉਹਨੂੰ ਉਹ ਕੱਟ ਦਿੰਦਾ, 25,000 ਲੈ ਲੈਂਦਾ। ਠੀਕ ਹੈ ਜੀ। ਅਤੇ ਮੈਂ ਇਹ ਕਹਿਣਾ ਵੀ ਤੁਸੀਂ ਮੇਰੇ ਕੋਲ ਪਹੁੰਚੋ ਸਹੀ, ਤੁਹਾਡੇ ਗੁਆਂਢ 'ਚ ਨਹੀਂ ਹੁੰਦੀ ਬਵਾਸੀਰ। ਦੇਖੋ ਜੀ, ਪਰਹੇਜ਼ ਕਰਨਾ ਪਊ, ਪਰਹੇਜ਼ ਕਰਨਾ ਪਊ। ਮੱਛੀ ਦਾ ਪਕੌੜਾ ਸਾਰੀ ਦੁਨੀਆ ਦੀਆਂ ਚੀਜ਼ਾਂ ਨੂੰ ਗਰਮ, ਮੱਸੀ ਦਾ ਮੀਟ ਪਕੌੜਾ, ਲਾਲ ਮਿਰਚ ਬਵਾਸੀਰ ਦੀ ਪੱਕੀ ਦੁਸ਼ਮਣ ਆ, ਇਹ ਬੰਦ ਕਰ ਦਈਏ, ਇਹ ਬੰਦ ਕਰਨੇ ਪੈਣਗੇ ਜੀ, ਜੇ ਮੇਥੋਂ ਦਵਾਈ ਲੈਣੀ ਆ। ਅਤੇ ਨਹੀਂ ਫਿਰ ਜਦੋਂ ਬਵਾਸੀਰ ਹਟ ਗਈ ਦੁਬਾਰੇ ਫਿਰ ਉਹ ਵੀ ਫਿਰ ਆ ਜਾਓ। ਮੇਰੇ ਕੋਲ 3-3, 4-4 ਆਪਰੇਸ਼ਨ ਵਾਲੇ ਆਉਂਦੇ ਨੇ। ਠੀਕ ਹੈ ਜੀ। ਪਹਿਲਾਂ ਜਿਹਨੂੰ ਖੂਨੀ ਬਵਾਸੀਰ ਉਹਦਾ ਸੁਣੋ, ਇਹ ਦਵਾਈ ਆ ਜਿਹੜੀ, 2 ਨਿੰਬੂ ਕੱਟੋ, 2 ਨਿੰਬੂ ਕੱਟ ਕੇ ਕਿਸੇ ਕੌਲੀ ਜਾਂ ਬਾਟੀ 'ਚ ਧਰ ਲਓ। ਠੀਕ ਹੈ ਜੀ। ਕਟੋਰੀ ਵੀ ਕਹਿੰਦੇ ਨੇ ਹਰਿਆਣੇ ਵਾਲੇ। ਠੀਕ ਹੈ ਜੀ। ਉਹਦੇ 'ਚ ਧਰੋ ਜੀ, ਉਹਦੇ ਵਿੱਚੋਂ ਬੀ ਕੱਢੋ, ਇਹ ਦਵਾਈ 2 ਨਿੰਬੂ ਆ ਜਿਹੜੇ ਕੱਟ ਲਏ, 4 ਪੀਸ ਹੋ ਗਏ, 4 ਪੀਸਾਂ ਦੇ ਉੱਤੇ ਐਂ ਅੰਗੂਠੇ ਨਾਲ ਦਬ ਦਬ ਦਵਾਈ ਪਾਈ ਜਾਓ, ਲਾ ਲਓ।
ਉਹ ਜਿਹੜੀ ਤੁਹਾਡੀ ਬਾਟੀ ਆ ਜਾਂ ਕੌਲੀ ਆ ਜਿਹਦੇ 'ਤੇ ਚਾਰੇ ਨਿੰਬੂਆਂ ਦੇ ਪੀਸ ਪਾ ਤੇ ਉੱਤੇ ਦਵਾਈ ਲਾ ਤੀ, ਉਹਨੂੰ ਕਿਸੇ ਬਾਲਟੀ ਦੇ ਵਿੱਚ ਧਰ ਕੇ, ਜਿਹੜਾ ਤੁਹਾਡੇ ਕੱਪੜੇ ਟੰਗਣ ਵਾਲੀ ਤਾਰ ਆ ਬਾਹਰ, ਹਰੇਕ ਦੇ ਕੱਪੜੇ ਟੰਗਣ ਵਾਲੀ ਤਾਰ ਹੈਗੀ ਆ, ਉਹਦੇ ਬੰਨ ਦਿਓ ਉੱਤੇ, ਚੁੰਨੀ ਨਾ ਬੰਨ ਦਿਓ, ਕਿਸੇ ਵੀ ਲੀਰ ਧਾਗੇ ਨਾਲ ਬੰਨ ਦਿਓ, ਉੱਪਰੋਂ ਚੰਦਰਮਾ ਦੀਆਂ ਕਿਰਨਾਂ ਪੈਣਗੀਆਂ ਅਤੇ ਤੜਕੇ ਭੂਤਰੇੜ ਤੜਕੇ ਉਹ ਚਾਰੇ ਪੀਸ ਨਿਚੋੜ ਕੇ ਉਹਨੂੰ ਪੀ ਲਓ। ਜੇ ਨਿੰਬੂਆਂ 'ਚ ਰਸ ਘੱਟ ਥੋੜ੍ਹਾ ਪਾਣੀ ਪੀ ਲਓ, ਪਾ ਲਓ ਵਿੱਚ, ਨਹੀਂ ਵੱਡੇ ਵੱਡੇ ਨਿੰਬੂ ਲਿਆਓ ਜਿਹੜੇ ਰਸ ਵਾਲੇ ਹੋਣ। ਠੀਕ ਹੈ ਜੀ। ਅਤੇ ਤਾਂ ਆਥਣੇ ਕਰਨਾ ਜੀ, ਆਥਣੇ ਧਰਨਾ ਜੀ, ਸਾਰੀ ਰਾਤ ਬਾਹਰ ਪਏ ਰਹਿੰਦੇ ਉੱਥੇ ਤਰੇਲ 'ਚ। ਇਹ ਕਿਉਂ ਧਨਾਉਣਾ, ਉਹਦੇ 'ਚ ਕਿਉਂ ਧਨਾਉਣਾ, ਐਡਾ ਉੱਚਾ ਕਿਉਂ ਬੰਨਣਾ, ਥੱਲੇ ਧਰਤੀ ਇੱਥੇ, ਰਾਤ ਨੂੰ ਕੋਈ ਸੱਪ ਠੂਹਾ ਉਹਨੂੰ ਉਹਦੇ 'ਚ ਮੂੰਹ ਲਾ ਗਿਆ, ਕੋਈ ਭਾਵੇਂ ਕੋਈ ਵੀ ਨੁਕਸਾਨ ਹੋ ਸਕਦਾ, ਤਾਂ ਜੋ ਅਸੀਂ ਉੱਪਰ ਕਹਿੰਦੇ ਉੱਪਰ ਰੱਖੋ, ਤੜਕੇ ਪੀ ਲਓ, ਖੂਨ ਹੋ ਜੂ ਬੰਦ। ਹਾਂ, ਬਾਬਾ ਸੀਰ ਦੇ ਵਿੱਚ ਨੰਬਰ 1 ਕਬਜ਼ੀ ਦੀ ਦਵਾਈ ਲੈਣੀ ਪਊ ਜੀ ਤੁਹਾਨੂੰ, ਆਹ ਸੀਸੀ ਆ ਜੀ ਕਬਜ਼ੀ ਵਾਲੀ, ਇਹ 1.5 ਚਮਚਾ ਰੋਟੀ ਖਾ ਕੇ ਪਾਣੀ ਨਾਲ ਲੈ ਕੇ ਮਿੱਠਾ ਦੁੱਧ ਪੀ ਲਓ, ਤੜਕੇ ਨੂੰ ਪੇਟ ਸਾਫ਼ ਹੋ ਜੂ, ਲੈਟਿਨ ਪਤਲੀ ਹੋ ਗਈ, ਪੋਟੀ ਪਤਲੀ ਹੋ ਗਈ, ਟੱਟੀ ਜਿਹਨੂੰ ਪੰਜਾਬੀ 'ਚ ਕਹਿੰਦੇ ਉਹ ਪਤਲੀ ਹੋ ਕੇ ਆਊਗੀ, ਅਤੇ ਦਰਦ ਹੁੰਦਾ, ਝੰਗਿਆੜਾ ਮਾਰਦੇ ਨੇ, ਅੰਦਰੋਂ ਪਿੱਠ ਮੱਚਦੀ ਆ। ਬਹੁਤ ਲੜਕੀਆਂ ਦੇ ਡਿਲੀਵਰੀਆਂ 'ਚ ਵੀ ਮੈਂ ਦਵਾਈਆਂ ਦਿੰਦਾ, ਉਹ ਕਹਿੰਦੇ ਵੀ ਇੱਦੂ ਤਾਂ ਕੁੜੀ ਨੂੰ ਕੋਈ ਹੋਰ ਬਿਮਾਰੀ ਲੱਗ ਜਾਵੇ, ਬਾਬਾ ਸੀਰ ਨਾ, ਬਹੁਤ ਗੰਦੀ ਬਿਮਾਰੀ ਆ, ਬਹੁਤ ਨੋਰਮਲ ਜਗ੍ਹਾ ਗੀ ਇਹ। ਠੀਕ ਹੈ, ਸਹੀ ਗੱਲ, ਜ਼ਰੂਰੀ ਹੈ ਜੀ, ਜਿਹੜੀ ਸਾਡੀ ਪਿੱਠ ਆ ਇਹ ਬਹੁਤ ਨੋਰਮਲ ਆ, ਇਹਨੂੰ ਜਦੋਂ ਵੱਢਤਾ ਕੇਰਾਂ ਬਲੇਟ ਲੱਗ ਗਿਆ, ਕੈਂਸਰ ਹੋ ਜਾਂਦਾ ਜੀ, ਕੈਂਸਰ। ਠੀਕ ਹੈ, ਗੰਦਗੀ ਬਾਹਰ ਜਾਣੀ ਚਾਹੀਦੀ ਆ, ਕੋਈ ਵੀ ਖੁਸ਼ਕ ਚੀਜ਼ ਨਾ ਖਾਓ, ਫਾਈਬਰ ਦੀ ਕਮੀ ਨਾ ਹੋਣ ਦਿਓ, ਕਣਕ ਦਾ ਦਲੀਆ ਖਾਓ, ਪਪੀਤਾ ਖਾਓ, ਬਰੀਕ ਆਟਾ ਖਾਂਦੇ ਹੋ, ਉਹ ਛਾਣ ਲੈਂਦੇ ਹੋ, ਉਹ ਸੂਸੜੀ ਨਹੀਂ ਛੱਡਦੇ ਲੋਕੋ, ਸੇਕੜ ਜੇ ਸੂਸੜ ਬਚਦਾ, ਸੂਸੜ 'ਚ ਗੁੜ ਪਾ ਕੇ ਦੁੱਧ ਪਾ ਕੇ ਪੀ ਲਓ, ਕਬਜ਼ੀ ਨਹੀਂ ਹੋ। ਠੀਕ ਹੈ, ਫਾਈਬਰ ਦੀ ਕਮੀ ਆ, ਫਾਈਬਰ ਦੂਰ ਕਰੋ, ਇਹਨਾਂ ਇਹ ਕਬਜ਼ੀ ਖਤਮ ਕਰਤੀ ਹੈ। ਅੱਛਾ, ਜੇ ਤੁਹਾਨੂੰ ਐਂ ਲੱਗਦਾ ਵੀ ਯਾਰ ਕਾਲ ਜਿਹਾ ਬਹੁਤ ਮੱਚੀ ਜਾਂਦਾ, ਕਿਉਂ ਮਾਸ ਆਂਡੇ ਖਾਂਦੇ ਹੋ, ਪੀਲੀਆ ਹੋ ਜਾਂਦਾ, ਕਬਜ਼ੀ ਹੋ ਗਈ, ਲੀਵਰ ਦਾ ਪੀਲੀਆ, ਗਰਮਾਇਸ਼ ਹੋ ਗਈ, ਤਾਂ ਐਂ ਕਰੋ ਜੀ, ਇਹੀ ਦਵਾਈ ਆਹਾ ਤੇਜ਼ਾਬ ਵਾਲੀ, ਤੜਕੇ 1.5 ਚਮਚਾ 2 ਚਮਚੇ ਤਲੀ 'ਤੇ ਤੜਕੇ ਚਿੱਟੋ, ਉੱਪਰ ਦੀ ਕੱਚੀ ਲੱਸੀ ਪੀ ਲਓ, ਕੱਚੀ ਲੱਸੀ 1 ਗਲਾਸ ਅੱਧਾ ਗਲਾਸ ਦੁੱਧ ਦਾ ਠੰਡੇ ਪਾਣੀ ਦਾ ਪੀਓ, ਇਹਨੂੰ ਚੱਟ ਕੇ, ਬਰਫ਼ ਵਰਗਾ ਕਾਲ ਜਿਹਾ ਹੋ ਜੂਗਾ, ਪਿਸ਼ਾਬ ਖੁੱਲ੍ਹ ਕੇ ਆਊਗਾ, ਲੈਟਰਨ ਖੁੱਲ੍ਹ ਕੇ ਆਈ, ਪਿਸ਼ਾਬ ਖੁੱਲ੍ਹ ਕੇ ਆਜੂਗਾ, ਤੁਹਾਡੀ ਬਵਾਸੀਰ ਰਹੂ ਕਿੱਥੇ, ਫੀਸਰ ਆ ਕੁਛ ਵੀ ਹੈਗਾ। ਅੱਛਾ, ਉਸ ਤੋਂ ਬਾਅਦ ਸੁਣੋ ਜੀ, ਜੇ ਤੁਹਾਨੂੰ ਕਬਜ਼ੀ ਖੁੱਲ੍ਹ ਕੇ ਆ ਗਈ, ਕਬਜ਼ੀ ਖੁੱਲ੍ਹ ਗਈ, ਤੁਹਾਡਾ ਐਸਿਡ ਖਤਮ ਹੋ ਗਿਆ, ਤਾਂ ਬਵਾਸੀਰ ਵਾਸਤੇ ਸਪੈਸ਼ਲ ਆ ਜੀ ਮੇਰੇ ਕੋਲ ਇਹ ਦਵਾਈ ਹੈ। ਹਾਂਜੀ, ਇਹ ਦਵਾਈ ਆ। ਠੀਕ ਹੈ ਜੀ, ਹੱਟ ਤਾਂ ਇਹਦੇ ਨਾਲ ਹੀ ਆਊਗਾ। ਠੀਕ ਹੈ ਜੀ, ਦੁਬਾਰੇ ਨਹੀਂ ਜ਼ਿੰਦਗੀ 'ਚ ਹੋਊਗਾ। ਠੀਕ ਹੈ, ਇਹ ਦਵਾਈ ਦੇ, ਹਾਂਜੀ, ਬਹੁਤ ਚਿੱਟੀ ਦਵਾਈ ਆ। ਠੀਕ ਹੈ ਜੀ, ਬੜੀ ਮਿੱਠੀ ਆ ਜੀ। ਇਹ ਕੋਰਸ ਕਿੰਨੇ ਟਾਈਮ ਦਾ ਜੀ? ਇਹ ਸੁਣੋ ਜੀ, ਮੈਂ ਕੋਈ ਵੀ ਕੌੜੀ ਦਵਾਈ ਨਹੀਂ ਬਣਾਉਂਦਾ, ਜਿਹੜਾ ਲੋਕ ਖਾਣ ਨਾ ਮਿੱਠੀ ਬਣਾਉਂਦੇ ਜੀ, ਮੈਂ ਤਾਂ ਸਾਰੀ ਮਿੱਠੀ ਬਣਾਉਣਾ, ਦੁਨੀਆ ਭੱਜ ਭੱਜ ਖਾਵੇ। ਠੀਕ ਹੈ, ਸਾਡੀ ਆਯੁਰਵੈਦਿਕ ਦਵਾਈਆਂ ਕਾਮਯਾਬ ਘੱਟ ਕਿਉਂ ਹੋਈਆਂ? ਹਾਂ, ਹੁਣ ਅੰਗਰੇਜ਼ੀ ਦਵਾਈ ਕਿਉਂ ਉੱਪਰ ਦੀ ਪੈ ਗਈ? ਸਾਡੇ ਬਜ਼ੁਰਗ, ਸਾਡੇ ਰਿਸ਼ੀ ਮੁਨੀ ਸਾਰੇ ਕੜੱਤਣ ਵਾਲੀਆਂ ਦਵਾਈਆਂ ਤਿਆਰ ਕਰਦੇ ਰਹੇ। ਠੀਕ ਹੈ ਜੀ, ਮੈਂ ਦੁਨੀਆ ਦਾ ਪਹਿਲਾ ਬੰਦਾ ਗਾ, ਮੈਂ ਅਗਲੇ ਨੂੰ ਕਹਿੰਦਾ ਵੀ ਕੌੜੀ ਚੀਜ਼ ਦੁਨੀਆ ਖਾਂਦੀ ਨਹੀਂ, ਖਾਂਦੀ ਨਹੀਂ, ਜੇ ਕੁਨੀਨ ਦੇਣੀ ਆ ਉਹਨਾਂ 'ਤੇ ਵੀ ਖੰਡ ਚੜ੍ਹਾ ਦਿਓ। ਸਹੀ ਗੱਲ ਹੈ,
ਕਿਸੇ ਨੂੰ ਕੀ ਪਤਾ ਲੱਗ ਜਾਵੇ ਕੌੜੀ ਆ, ਅੰਦਰ ਕਿਹਨੇ ਦੇਖਿਆ? ਸਹੀ ਗੱਲ ਹੈ, ਉੱਤੇ ਖੰਡ ਲੱਗੀ ਹੋਈ ਪੇਟ 'ਚ ਨਿਕਲ ਜੂਗੀ। ਸਹੀ ਗੱਲ, ਜੇ ਮਾੜੀ ਜਿਹੀ ਜੀਵਨ ਕਲੱਤਣ ਲੱਗ ਗਈ ਚਲਾ ਕੇ ਮਾਰਨਗੇ, ਇਹ ਕਾਹਦਾ ਵੈਦਾ ਇੰਨੀ ਕੌੜੀ, ਇਹ ਜ਼ਹਿਰ ਲਈ ਫਿਰਦਾ। ਠੀਕ ਹੈ, ਇਹ ਮਿੱਠੀ ਦਵਾਈ ਆ ਜੀ, ਸੁਣੋ ਜੀ, ਇੱਕ ਗਿਲਾਸ ਪਾਣੀ ਦਾ ਲੈ ਲਓ, ਆਹ ਗਿਲਾਸ ਪਾਣੀ ਦਾ ਲੈ ਲਓ। ਠੀਕ ਹੈ, ਇਹ ਗਿਲਾਸ 'ਚ ਨਹੀਂ ਦਵਾਈ ਪਾਉਣੀ, ਜਾਂ ਤਾਂ ਐਡਾ ਚੌੜਾ ਡੱਬਾ ਲੈ ਲਓ, ਡੱਬਾ, ਜਾਂ ਸਾਡੇ ਉਹ ਹੁੰਦਾ ਗਾ ਗੜਬੀ ਹੁੰਦੀ ਆ, ਆਹ ਤਾਂ ਐਂ ਡਿੱਗ ਪਊਗੀ, ਹਿੱਲ ਜੂਗੀ, ਇਹਦਾ ਫੇਸ ਚੌੜਾ ਗਾ, ਇਹ ਹਿਲਦੀ ਨਹੀਂ। ਇਹਦੇ 'ਚ ਇੱਕ ਗਿਲਾਸ ਪਾਣੀ ਦਾ ਪਾ ਲਓ, ਡੇਢ ਚਮਚਾ ਪਾਓ, ਫੁੱਲ ਜੂ ਫੁੱਲ, ਇਹ ਚੀਜ਼ ਹਾਂ, ਇੰਨੀ ਹੋ ਜੂ ਫੁੱਲ ਕੇ ਸਵੇਰ ਨੂੰ, ਠੀਕ ਹੈ, ਜੈਲ ਬਣ ਜੂ ਜੈਲ, ਜੈਲੀ ਤੜਕੇ ਚਮਚੇ ਨਾਲ ਖਾ ਲਓ। ਅਤੇ ਮੁੜ ਕੇ ਬਾਬਾ ਸਿਰ ਹੁੰਦੀ ਨਹੀਂ ਤੁਹਾਡੇ ਗੁਆਂਢ 'ਚ, ਨਹੀਂ ਇੰਨਾ ਗਰਮੀ ਰਹੇ। ਅੱਛਾ ਜੀ, ਆ ਜਿਹੜੇ ਮੁੰਡੇ ਕਹਿੰਦੇ ਧੁੰਤ ਧੁੰਤ ਪੈਂਦੀ ਆ, ਪੇਟ ਫੁੱਲੀ ਜਾਂਦਾ, ਸਾਨੂੰ ਭੁੱਖ ਨਹੀਂ ਲੱਗਦੀ, ਰੋਟੀ ਹਾਜ਼ਮ ਨਹੀਂ ਆਉਂਦੀ, ਇਹ ਸਾਰੀ ਗੰਦਗੀ ਬਾਹਰ ਕੱਢ ਦਿੰਦਾ। ਠੀਕ ਹੈ ਜੀ, ਆ ਮਤਲਬ ਆਹ ਚੀਜ਼ ਆ ਬਾਬਾ ਸਿਰ ਵਾਸਤੇ ਆ ਇਹ। ਠੀਕ ਹੈ, ਇਹ ਠੰਡੀ ਆ ਜੀ, ਠੰਡੀ ਚੀਜ਼ ਬਾਬਾ ਸਿਰ ਵਾਸਤੇ ਵਧੀਆ, ਫੀਸਰਾ ਪਤੰਗਰਾ। ਠੀਕ ਹੈ ਜੀ, ਬਾਬਾ ਸੀਰਾ ਲਾਉਣ ਵਾਸਤੇ ਦਵਾਈ ਦਿੰਦਾ, ਝੰਗਿਆੜਾ ਮਾਰਦੇ ਆਉਂਦੇ ਨੇ, ਪਿੱਠ ਮੱਚਦੀ ਆ, ਉਹ ਮੱਚ ਗਏ ਹੋਏ, ਮਰ ਗਏ ਹੋਏ, ਮੈਂ ਮੱਲਮ ਤਿਆਰ ਕਰਦਾ ਜੀ। ਠੀਕ ਹੈ ਜੀ, ਆਹ ਡੱਬਾ ਪਿਆ ਜਪਰਿਆ ਪਿਆ ਜੀ ਮੱਲਮ ਦਾ, ਉਹ ਮੈਂ ਕਿਸੇ ਡੱਬੀ 'ਚ ਪਾ ਦਿੰਦਾ, ਐਡੀ ਸਾਰੀ 'ਚ, ਠੀਕ ਆ, ਜੇ ਦੋ ਤਿੰਨ ਜਣੇ ਹੁੰਦੇ ਵੱਡੀ 'ਚ ਪਾ ਦੇਣਾ। ਪਿੱਠ ਨੂੰ ਸਾਫ਼ ਕਰੋ, ਥੋੜ੍ਹਾ ਜਿਹਾ ਡਿਟੋਲ ਲੈ ਲਓ, ਉਹਨੂੰ ਕਿਸੇ ਕੱਚ ਦੀ ਕੌਲੀ 'ਚ ਪਾ ਕੇ ਵਿੱਚ ਉਹਦੇ ਟੂਟੀ ਦਾ ਪਾਣੀ ਪਾ ਲਓ, ਸੂਏ ਦਾ, ਨਹਿਰ ਦਾ, ਅਤੇ ਉਹਨੂੰ ਦੁੱਧ ਬਣੂ ਚਿੱਟਾ ਚਿੱਟਾ ਦੁੱਧ, ਉਹਨੂੰ ਰੂੰ ਦੇ ਫੰਬੇ ਨਾਲ ਪਿੱਠ ਵਾਲੀ ਜਗ੍ਹਾ ਸਾਫ਼ ਕਰ ਲਓ, ਹਾਂ, ਜੇ ਜ਼ਿਆਦਾ ਡਿਟੋਲ ਪਾ ਦਿੱਤਾ ਮੱਚੂਗਾ, ਇਹ ਦਵਾਈ ਲਾ ਦਿਓ ਜੀ, ਠੰਡਾ ਠੰਡਾ ਹੋ ਜੂ ਜ਼ਖਮ। ਠੀਕ ਹੈ, ਚਾਹੇ ਪਿੱਠ 'ਤੇ ਆ, ਚਾਹੇ ਤੁਹਾਡੇ ਪਿਸ਼ਾਬ ਵਾਲੀ ਜਗ੍ਹਾ ਮੱਚਦੀ ਆ, ਠੀਕ ਆ, ਇਹ ਦਵਾਈ ਲਾ ਦਿਓਗੇ, ਤੁਹਾਡਾ ਮਰੀਜ਼ ਟੱਲੀ ਬਣ ਜੂ, ਸਾਰਾ 10-15 ਦਿਨ ਦਵਾਈ ਖਾ ਲਓ। ਇਹ ਕਿੰਨੇ ਰੁਪਏ ਦਾ ਜੀ? ਇਹ ਦੇਖੋ ਜੀ, 3 ਇੱਦਾਂ ਦੇ ਕੰਮ ਨੇ ਜੀ, ਹਾਂਜੀ, ਜਿਹਦੇ 'ਚ ਕੋਈ ਪੈਸਾ ਨਹੀਂ ਰੱਖਦਾ, ਸਹੀ ਗੱਲ, ਅਹਿਮੀਅਤ ਨਹੀਂ ਰੱਖਦਾ, ਪੈਸਾ ਮੈਟਰ ਨਹੀਂ ਕਰਦਾ, ਵੈਦ ਵਕੀਲ ਅਤੇ ਕੰਜਰੀ, ਵੈਦ ਵਕੀਲ ਅਤੇ ਕੰਜਰੀ, ਇਹਨਾਂ ਦਾ ਕੋਈ ਫੀਸ ਨਹੀਂ ਹੁੰਦੀ। ਸਹੀ ਗੱਲ ਹੈ, ਇਹ 1,00,000 ਰੁਪਇਆ ਵੀ ਲੈ ਲੈਣ, ਇਹ 1,000 'ਤੇ ਵੜ ਜਾਣ, ਇਹ 100 'ਤੇ ਵੀ ਵੜ ਜਾਣ, ਅਹਿਮੀਅਤ ਰੱਖਦਾ ਟਾਈਮ, ਕਿੰਨੀਆਂ ਝੰਗਿਆੜਾਂ ਮਾਰ ਦਿਓ, 19 ਰੁਪਈਏ ਨੂੰ, ਸਹੀ ਗੱਲ, ਲੋਕ ਲੈਂਦੇ ਨੇ 25,000 ਰੁਪਇਆ, ਜਿਹੜੇ ਮਰਜ਼ੀ ਸ਼ਹਿਰ 'ਚ ਡਾਕਟਰ ਤੋਂ ਪੁੱਛ ਲਓ, 20,000 ਤੋਂ ਘੱਟ ਕੋਈ ਤੁਹਾਡਾ ਖਹਿੜਾ ਨਹੀਂ ਛੱਡਦਾ। ਮੈਂ ਇਹੋ ਜਿਹਾ ਸਿੱਧਾ ਸਾਧਾ ਬੰਦਾ ਗਾ, ਜਿੰਨੇ ਕੁ ਪੈਸੇ ਹੈਗੇ ਨੇ ਆ ਜਾਓ ਲੈ ਕੇ, 2,000 ਰੁਪਇਆ 2,500 ਮੈਂ ਲੈਂਦਾ ਰਿਹਾਗਾ। ਠੀਕ ਹੈ, ਜੇ ਕੋਈ ਗਰੀਬ ਬੰਦਾ ਯਾਰ ਆ ਜਾਓ, ਮੇਰੀ ਤਾਂ ਅਖੀਰਲੀ ਉਮਰ ਆ, ਮੈਂ ਤਾਂ ਕੋਲੋਂ ਪਾ ਕੇ ਦੇ ਦੂੰਗਾ। ਠੀਕ ਹੈ, ਰੱਬ ਦਾ ਨਾਂ ਹੀ ਲੈਣਾ, ਬਾਲ ਬੱਚੇ ਆਪਦੇ ਕੰਮ ਧੰਦੇ ਕਰੀ ਜਾਂਦੇ, ਕਣਕ ਹੁਣ ਜੋਗਰੀ ਮੇਰੇ ਕੋਲ ਪੈਲੀ ਹੈਗੀ ਆ, ਚੰਗੀ ਭਗਵਾਨ ਦੀ ਦਿਆ ਗਾ, ਆਪਾਂ ਕਿਹੜਾ ਨੰਦੋ ਦਾ ਮਕਲਾਬਾ ਤੋਰਨਾ ਗਾ, ਆ ਜਾਓ ਯਾਰ, ਜਿਹੜਾ ਦੁਖੀ ਆ ਠੀਕ ਕਰ ਦਿਆਂਗੇ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਲੋਕਾਂ ਨੂੰ ਦੱਸੋ ਜੀ, ਮੇਰਾ ਨੰਬਰ ਜ਼ਰੂਰ ਨੋਟ ਕਰੋ ਬਾਈ, ਜਿਹਨੂੰ ਵੀ ਇਹ ਬਿਮਾਰੀਆਂ ਹੈਗੀਆਂ ਨੇ, ਆਹ ਲਓ ਜੀ, ਇਹ ਮੇਰਾ ਨੰਬਰ ਆ ਜੀ, 98-728-26-769। ਦੁਬਾਰਾ ਫਿਰ ਸੁਣੋ ਜੀ, 98-728-26-769। ਮਾਂਗਰ 69 ਆ, ਕੋਈ 49, ਕੋਈ 89, ਕੋਈ ਇੰਨੇ ਲਾ ਦਿੰਦੇ ਹੋ। ਫੋਨ ਲਾਉਣ ਵੇਲੇ ਪੂਰੀ ਗੌਰ ਕਰੋ, ਤੁਹਾਡਾ ਫੋਨ ਚੁੱਕੂੰਗਾ। ਕਈ ਵਾਰ ਮੈਂ ਕਿਸੇ ਮਾਰਕੀਟ 'ਚ ਜਾਂ ਕੋਈ ਪਿੰਡੀ ਮਰੀਜ਼ ਆ ਜਾਂਦੇ ਨੇ, ਕੋਈ ਰਿਸ਼ਤੇਦਾਰ ਆ ਜਾਂਦਾ,
ਕਿਸੇ ਦੇ ਦੁੱਖ ਤਕਲੀਫ 'ਚ ਵੀ ਜਾਣਾ ਪੈਂਦਾ, ਇਨਸਾਨੀ ਜਾਵਾਂਗਾ ਭਾਈ, ਕਿਸੇ ਦੀ ਡੈਥ ਹੋ ਗਈ ਉੱਥੇ ਵੀ ਘੰਟਾ ਲਾਉਣਾ ਪੈਂਦਾ, ਤੁਹਾਡਾ ਫੋਨ ਆਈ ਜਾਂਦਾ, ਫਿਰ ਮੈਂ ਬੰਦ ਕਰ ਦਿੰਦਾ। ਠੀਕ ਹੈ ਜੀ। ਅਤੇ ਜਦੋਂ ਤੁਸੀਂ ਮੈਨੂੰ ਮਿਸ ਕਾਲ ਮਾਰਤੀ, ਮੈਂ ਤੁਹਾਨੂੰ ਸਵੇਰੇ ਸ਼ਾਮ ਫੋਨ ਕਰੂੰਗਾ, ਮੇਰਾ ਫੋਨ 24 ਘੰਟੇ ਚੱਲਦਾ, ਭਾਵੇਂ ਅੱਧੀ ਰਾਤ ਨੂੰ ਕਰਕੇ ਦੇਖ ਲਓ, ਅਤੇ ਮੈਂ ਤਾਂ ਫੋਨ ਲੋਕ ਕਰੀ ਜਾਂਦੇ ਨੇ ਅਤੇ ਮੈਂ ਉਹਨਾਂ ਨੂੰ ਦੱਸੀ ਜਾਂਦਾ। ਕਈ ਲੋਕ ਭਾਈ ਮੈਥੋਂ ਪੁੱਛ ਕੇ ਨੁਸਖੇ ਦਵਾਈਆਂ ਵੀ ਬਣਾਈ ਜਾਂਦੇ, ਕੋਈ ਮੈਥੋਂ ਲੈ ਕੇ ਮੁੱਲ ਵੇਚੀ ਜਾਂਦਾ। ਆਹ ਡਾਕਟਰਾਂ 'ਚੋਂ ਬਚੋ, ਤੁਹਾਡਾ ਸ਼ੌਦੇ ਪੜ ਦੇਣਗੇ, ਅਤੇ ਪੈਸਾ ਹੈ ਨਹੀਂ ਗਾ, ਪੈਸਾ ਖਤਮ ਹੋ ਗਿਆ ਸਾਡੇ ਮਾਲ ਵਿੱਚ, ਨਰਮੇ ਵਾਲਾ ਬੈਲਟ ਤਾਂ ਬਿਲਕੁਲ ਹੀ ਖਤਮ ਹੋ ਗਿਆ, ਕਦੇ ਤੇਲਾ ਪੈ ਗਿਆ, ਕਦੇ ਸੁੰਡੀ ਪੈ ਗਈ, ਖਰਚ ਗਏ ਵੱਧ ਭਰਾਵੋ, ਅਤੇ ਤੁਸੀਂ ਆਓ, ਮੇਰੀ ਅਖੀਰਲੀ ਉਮਰ ਆ, ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਲਓ ਜੀ ਬਾਈ ਜੀ, ਜੇ ਕਿਸੇ ਵੀ ਮੇਰੇ ਵੀਰ ਨੂੰ ਬਵਾਸੀਰ ਹੈਗੀ ਨਾ, ਤਾਂ ਇੱਕ ਵਾਰ ਬੈਜੀਆਂ ਜ਼ਰੂਰ ਆ ਕੇ ਗੱਲਬਾਤ ਕਰੋ, ਦਵਾਈ ਲਓ, ਅਤੇ ਤੁਹਾਡੀ ਬਾਈ ਜੀ ਬਵਾਸੀਰ 100% ਸਹੀ ਹੋਊਗੀ। ਧੰਨਵਾਦ।